ਸੰਗਰੂਰ ਦੇ ਲੌਂਗੋਵਾਲ 'ਚ ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਿਜਿੰਦਰ ਸਿੰਗਲਾ ਪਹੁੰਚੇ ਤੇ ਸ਼ਰਧਾ ਦੇ ਸੁਮਨ ਉਹਨਾਂ ਨੂੰ ਭੇਟ ਕੀਤੇ। ਲੋਕ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣਾ ਆਦਰਸ਼ ਮੰਨਦੇ ਸਨ, ਇਸ ਲਈ ਵੱਧ ਚੜ੍ਹ ਕੇ ਲੋਕਾਂ ਨੇ ਇਸ ਸਮਾਗਮ ਦੇ ਵਿੱਚ ਭਾਗ ਲਿਆ। ਉੱਥੇ ਦੂਜੇ ਪਾਸੇ ਕਿਸਾਨਾਂ ਵੱਲੋਂ ਜੰਮ ਕੇ ਕੈਬਨਿਟ ਮੰਤਰੀਆਂ ਦਾ ਵਿਰੋਧ ਕੀਤਾ ਗਿਆ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੈਬਨਿਟ ਮੰਤਰੀ ਆਪਣੀ ਕਾਰ ਵੱਲ ਨੂੰ ਭੱਜਦੇ ਦਿਖਾਈ ਦਿੱਤੇ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦੇ ਵਿੱਚ ਹੱਥੋ ਪਾਈ ਵੀ ਹੋਈ। ਕਿਸਾਨਾਂ ਨੇ ਵਿਜਿੰਦਰ ਸਿੰਗਲਾ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਉਹਨਾਂ ਨੂੰ ਕਾਲੇ ਝੰਡੇ ਦਿਖਾਏ। ਉੱਥੇ ਵਿਜਿੰਦਰ ਸਿੰਗਲਾ ਨੇ ਕਿਹਾ ਕਿ ਭਾਜਪਾ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ। ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਸੀ ਤੇ ਰਹੇਗੀ। ਉੱਥੇ ਕਿਸਾਨਾਂ ਦਾ ਕਹਿਣਾ ਕਿ ਅਸੀਂ ਨਹੀਂ ਚਾਹੁੰਦੇ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੋਈ ਵੀ ਆਗੂ ਇੱਥੇ ਪਹੁੰਚੇ। ਅੱਜ ਸ਼ਹੀਦ ਆਜ਼ਮ ਸਰਦਾਰ ਹਰਚੰਦ ਸਿੰਘ ਲੌਂਗੋਵਾਲ ਜੀ ਦੀ 36ਵੀਂ ਬਰਸੀ ਹੈ ਅਤੇ ਉਸ ਵਾਸਤੇ ਸਰਕਾਰ ਵੱਲੋਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਮੇਰੀ ਅਤੇ ਸਰਦਾਰ ਸਾਧੂ ਸਿੰਘ ਧਰਮਸੋਤ ਸਾਹਿਬ ਦੀ ਜ਼ਿੰਮੇਵਾਰੀ ਲੱਗੀ ਸੀ। ਆਪਾਂ ਸਭ ਨੂੰ ਪਤਾ ਹੈ ਕਿ ਸੰਤ ਜੀ ਦੀ ਕੀ ਕੁਰਬਾਨੀ ਰਹੀ ਹੈ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪੰਜਾਬ ਨੂੰ, ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ, ਅਮਨ ਅਤੇ ਸ਼ਾਂਤੀ ਨੂੰ, ਉਸ ਗੱਲ ਦੇ ਸੁਨੇਹੇ ਨੂੰ ਮਜ਼ਬੂਤ ਕਰਨ ਵਾਸਤੇ ਆਪਣੀ ਜ਼ਿੰਮੇਵਾਰੀ ਨਿਭਾਈ। ਕਿਸ ਤਰੀਕੇ ਨਾਲ ਰਾਜੀਵ ਲੌਂਗੋਵਾਲ ਅਕਵਾਰਡ ਪੰਜਾਬ ਵਿੱਚ ਹੋਇਆ ਤਾਂ ਕਿ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਹੋ ਸਕੇ, ਔਰ ਉਸ ਗੱਲ ਨੂੰ ਕਿਸ ਤਰੀਕੇ ਨਾਲ ਉਹਨਾਂ ਨੂੰ ਐਸੀਆਂ ਤਾਕਤਾਂ ਨੇ ਆ ਕੇ ਉਹਨਾਂ ਦੀ ਸ਼ਹਾਦਤ ਕੀਤੀ, ਉਹਨਾਂ ਨੂੰ ਮਾਰਿਆ, ਜਿਸ ਦੇ ਕਰਕੇ ਅੱਜ ਉਹਨਾਂ ਦੀ 36ਵੀਂ ਬਰਸੇ ਦੇ ਉੱਪਰ ਅਸੀਂ ਸਾਰੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਇਕੱਤਰ ਹੋਏ ਹਾਂ। ਔਰ ਉਹਨਾਂ ਦੀ ਜੋ ਸੋਚ ਸੀ, ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਛੋਟੀ ਉਮਰ ਦੇ ਵਿੱਚ ਗੁਰਬਾਣੀ ਦੀ ਗੁੜਤੀ ਸਿੱਖਣ ਵਾਸਤੇ ਆਪਣਾ ਘਰ ਛੱਡ ਕੇ ਬੜੇ ਬੜੇ ਮਹਾਂਪੁਰਸ਼ਾਂ ਕੋਲ ਜਾ ਕੇ ਗਿਆਨ ਪ੍ਰਾਪਤ ਕੀਤਾ, ਉਹਨਾਂ ਦੀ ਜੀਵਨੀ ਨੂੰ ਸਾਨੂੰ ਆਪਣੇ ਆਉਣ ਵਾਲੇ ਭਵਿੱਖ ਦੇ ਸਾਹਮਣੇ ਰੱਖਣਾ ਚਾਹੀਦਾ। ਬਿਕੋਜ਼ ਇੱਕ ਉਹ ਚਾਨਣ ਮੁਨਾਰਾ ਸੀ, ਔਰ ਉਹਨਾਂ ਦੀ ਜੀਵਨੀ ਤੋਂ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਜਾਂ ਸਾਡੇ ਪੰਜਾਬ ਦੇ ਜਿਹੜੀ ਅੱਗੇ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਬਹੁਤ ਵਧੀਆ ਸਿੱਖਿਆ ਮਿਲ ਸਕਦੀ ਹੈ। ਸੋ ਅੱਜ ਜਿੱਥੇ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ, ਅੱਜ ਦੇ ਦਿਨ 'ਤੇ ਉਹਨਾਂ ਨੂੰ ਯਾਦ ਕਰਦੇ ਹਾਂ। ਕਿਸਾਨ ਅੱਜ ਵੀ ਵਿਰੋਧ ਕਰਨ ਲਈ ਪਹੁੰਚੇ ਹੋਏ ਨੇ। ਆਈ ਥਿੰਕ ਉਹ ਮੋਦੀ ਸਾਹਿਬ ਦੇ ਜੋ 3 ਕਾਲੇ ਕਾਨੂੰਨ ਹੈ ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਆ ਕੇ ਮੋਦੀ ਸਾਹਿਬ ਅਤੇ ਬੀਜੇਪੀ ਦੀ ਸਰਕਾਰ ਦੇ ਖਿਲਾਫ਼ ਨਾਅਰੇ ਲਗਾਏ ਆ। ਔਰ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੂਰਾ ਪੰਜਾਬ ਜਦੋਂ ਤੋਂ ਇਹ 3 ਕਾਲੇ ਕਾਨੂੰਨ ਦੇਸ਼ 'ਚ ਬਣੇ ਹੈ, ਇਹ ਸਾਰੇ ਜਿਹੜੇ ਕਿਸਾਨ ਭਰਾ ਹੈ ਔਰ ਸਾਡਾ ਸਾਰਾ ਸਮੁੱਚਾ ਪੰਜਾਬ ਦੇ ਲੋਕ ਉਹ 3ੋਂ ਕਿਸਾਨੀ ਦੇ ਖਿਲਾਫ਼ ਜਿਹੜੇ 3 ਕਾਲੇ ਕਾਨੂੰਨ ਬਣੇ ਉਹਨੂੰ ਰੱਦ ਕਰਾਉਣ ਵਾਸਤੇ ਸਾਰਾ ਪੰਜਾਬ ਇਕੱਠਾ ਹੈ, ਕਿਉਂਕਿ ਇਹਦੇ ਨਾਲ ਸਾਡੇ ਪੰਜਾਬ ਦੀ ਆਰਥਿਕਤਾ ਕਮਜ਼ੋਰ ਹੋ ਜਾਣੀ ਹੈ। ਬਿਕੋਜ਼ ਪੰਜਾਬ ਦੀ ਜਿਹੜੀ ਇਕੋਨਮੀ ਹੈ ਉਹ ਐਗਰੀਕਲਚਰ 'ਤੇ ਖੜੀ ਹੈ, ਔਰ ਐਗਰੀਕਲਚਰ ਦੇ ਨਾਲ ਹੀ ਲੇਬਰ ਦਾ ਕੰਮ ਜੁੜਿਆ, ਕਿਸਾਨ ਦੇ ਨਾਲ ਹੀ ਆੜ੍ਹਤੀ ਦਾ ਕੰਮ ਜੁੜਿਆ, ਅਤੇ ਆੜ੍ਹਤੀ ਦੇ ਨਾਲ ਜਾਂ ਕਿਸਾਨ ਦੇ ਨਾਲ ਜਾਂ ਲੇਬਰ ਦੇ ਨਾਲ ਹੀ ਦੁਕਾਨਦਾਰ ਦਾ ਕੰਮ ਜੁੜਿਆ। ਤੋ ਇਸ ਕਰਕੇ ਸਾਰੇ ਪੰਜਾਬ ਦੇ ਲੋਕ ਇਹ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਜੋ ਸੰਘਰਸ਼ ਦਿੱਲੀ ਦੇ ਬਾਰਡਰ 'ਤੇ ਚੱਲ ਰਿਹਾ ਜਾਂ ਪਹਿਲਾਂ ਪੰਜਾਬ ਤੋਂ ਚਾਲੂ ਹੋਇਆ, ਉਸ ਤੋਂ ਬਾਅਦ ਹਰਿਆਣੇ 'ਚ ਪਹੁੰਚਿਆ, ਉਦੋਂ ਬਾਅਦ ਦਿੱਲੀ ਪਹੁੰਚਿਆ, ਪਹਿਲੇ ਦਿਨ ਤੋਂ ਸਮੁੱਚਾ ਪੰਜਾਬ ਇਸ ਸੰਘਰਸ਼ ਦੇ ਵਿੱਚ ਕਿਸਾਨ ਅਤੇ ਬਾਕੀ ਭਰਾਵਾਂ ਦੇ ਹਮੇਸ਼ਾ ਨਾਲ ਖੜਾ। ਅਕਾਲੀ ਦਲ ਵੱਲੋਂ ਵੀ ਰੈਲੀ ਕੀਤੀ ਜਾ ਰਹੀ ਹੈ, ਉਹ ਕਹਿੰਦੇ ਅਸੀਂ ਸੰਤ ਜੀ ਦੀ ਜਿਹੜੀ ਸੋਚ ਦੇ ਅਸੀਂ ਹਮੇਸ਼ਾ ਪਹਿਰਾ ਦਿੱਤਾ, ਅਸੀਂ ਉਹਨਾਂ ਦੇ ਜਿਹੜੇ ਸਿਧਾਂਤ ਨੂੰ ਉਹਨਾਂ ਦੇ ਉੱਤੇ ਚੱਲ ਰਹੇ। ਚਲੋ, ਚੰਗੀ ਗੱਲ ਹੈ। ਮੈਂ ਤਾਂ ਕਿਹਾ ਵੀ ਸੰਤ ਜੀ ਕੋਈ ਇਕੱਲੇ ਇੱਕ ਜੇ ਦਾ ਸੀਗੇ ਨਹੀਂ, ਸੰਤ ਜੀ ਦਾ ਸਭ ਦੇ ਹੈ, ਅਤੇ ਸੰਤ ਜੀ ਦੀ ਜੋ ਕੰਟਰੀਬਿਊਸ਼ਨ ਹੈ ਉਹ ਸਾਡੇ ਭਵਿੱਖ ਵਾਲੇ ਬੱਚਿਆਂ ਕੋਲ ਜਾਣੀ ਚਾਹੀਦੀ ਹੈ, ਭਾਵੇਂ ਅਕਾਲੀ ਦਲ ਕਵੇ ਭਾਵੇਂ ਕੋਈ ਹੋਰ ਕਵੇ। ਗੱਲ ਤਾਂ ਹੈ ਕਿ ਉਹਨਾਂ ਨੂੰ ਫੋਲੋ ਕੌਣ ਕਰਦਾ, ਗੱਲ ਤਾਂ ਇਹ ਹੈ ਕਿ ਉਹਨਾਂ ਦੇ ਜਿਹੜੀ ਕੁਰਬਾਨੀ ਹੈ ਉਸ ਦੇ ਦਿੱਤੇ ਹੋਏ ਰਾਹ 'ਤੇ ਕਿਹੜੀ ਕਿਹੜੀ ਪਾਰਟੀ ਦੇ ਲੋਕ ਉਸ 'ਤੇ ਮਜ਼ਬੂਤੀ ਨਾਲ ਚੱਲਣ ਦੀ ਕੋਸ਼ਿਸ਼। ਮੇਰਾ ਨਾਮ ਭੁਪਿੰਦਰ ਸਿੰਘ ਲੌਂਗੋਵਾਲ, ਸੂਬਾ ਕਨਵੀਨਰ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ। ਅੱਜ ਸਾਡਾ ਐਲਾਨ ਕੀਤਾ ਹੋਇਆ ਸੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ 'ਤੇ ਜੋ ਵੀ ਸਿਆਸੀ ਲੀਡਰ ਆਉਣਗੇ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ। ਸੋ ਉਰੇ ਅੱਜ ਵਿਜੇਂਦਰ ਸਿੰਗਲਾ ਕੈਬਨਿਟ ਮੰਤਰੀ ਉਹ ਆਇਆ ਸੀ, ਅਸੀਂ ਉਹਦਾ ਵਿਰੋਧ ਕੀਤਾ ਹੈਗਾ, ਸਾਡਾ ਪਹਿਲਾਂ ਤੋਂ ਐਲਾਨ ਕੀਤਾ ਹੋਇਆ ਸੀਗਾ। ਜਿਹੜਾ ਪੁਲਿਸ ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਨੌਜਵਾਨਾਂ ਦਾ ਜਿਹੜਾ ਗੁੱਸਾ ਹੈ ਉਹ ਕੰਟਰੋਲ ਨਹੀਂ ਹੋਇਆ ਅਤੇ ਇੱਥੇ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਆਏ ਨੇ ਅਤੇ ਹੁਣ ਅਸੀਂ ਡਰੇਨ ਦੇ ਪੁਲ 'ਤੇ ਜਾ ਰਹੇ ਹਾਂ। ਧੰਨਵਾਦ। ਦੀਪ ਸਿੰਘ ਜੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਆਗੂ ਜੀ, ਅੱਜ ਅਸੀਂ ਉਰੇ ਪ੍ਰੋਟੈਸਟ ਕਰਨ ਆਏ ਤੇ ਸਾਨੂੰ ਝੂਠ ਬੋਲਿਆ ਗਿਆ ਵੀ ਉਰੇ ਕੋਈ ਮੰਤਰੀ ਵੀ ਆਉਂਦਾ ਨਹੀਂ,
पर सिंगला साहब तो दमन सिंह बाजवा ने पहुंची किसानों ने नाका तोड़ के डट के विरोध किया तो बुझाए ने उरों अजे इस तरह जे कोई बादल आऊ कैप्टन उसे इस तरह विरोध करोंगे अं विरोध कर घेराबंदी पुलिस वाले ने अपनी ड्यूटी करनी तो उन्होंने हक वो भी साढ़े भाई ने गए असं उन्होंने उपर नंगा नहीं बुलाते बेचक सू कुट लाने पर अभी नंगे नंगे साढ़े भाई ने मिला हर परिवार को चलाने वाली एक औरत होंदी है औरत ही घर की जिम्मेवारी संभालती है भावें बच्चों की पढ़ाई होए भावें दवाई होए भावें घर को इकट्ठा करना होए हर परिवार की मुश्किल जो हल करती है तो एक औरत करती है इस गल नूं ध्यान रखते हुए श्रोमणी अकाली दल बहुजन समाज पार्टी ने फैसला किया है कि नीले कार्ड होल्डर परिवार की मुख औरत हर महीने 2000 रुपया महीना उन्होंने खाते दिता जाऊगा साल का 24000 रुपया उस मुखी परिवार की औरत के खाते दिता जाऊगा जिस करके उस औरत किसी चीज़ की मुश्किल ना पे आ साडा वादा सारे परिवारों है।